ਪੁਲਿਸ ਵੱਲੋਂ ਇੱਕ ਵੱਡੇ ਨਸ਼ੇ ਦੇ ਖਿਲਾਫ ਕਾਰਵਾਈ ਕਰਦਿਆਂ ਵੱਡੇ ਰੈਕੇਟ ਦਾ ਪਰਦਾਫਾਸ਼ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮੇਰਠ ਦੇ ਵਿੱਚ ਛਾਪੇਮਾਰੀ ਕਰਕੇ ਨਸ਼ੀਲੀ ਗੋਲੀਆਂ ਦਾ ਜ਼ਖੀਰਾ ਬਰਾਮਦ ਕੀਤਾ ਹੈ, ਜਿਸ ਵਿੱਚ ਡਾਕਟਰ ਵੱਲੋਂ ਸਲਾਹ ਦੇਣ 'ਤੇ ਹੀ ਵਰਤੋਂ ਜਾਣ ਵਾਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੀ ਗਿਣਤੀ ਲਗਭਗ 67 ਲੱਖ ਦੇ ਕਰੀਬ ਹੈ ਅਤੇ ਇਹਨਾਂ ਦੀ ਮਾਰਕੀਟ ਵੈਲਿਊ ਲਗਭਗ 54 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਲੁਧਿਆਣਾ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਹਾਸਿਲ ਹੋਈ ਹੈ। ਇਸ ਖਿਲਾਫ਼ ਅਸੀਂ ਮਾਨਯੋਗ CM ਸਾਹਿਬ ਔਰ ਮਾਨਯੋਗ DGP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਹਿੰਮ ਚਲਾਈ ਹੋਈ ਹੈ, ਜਿਹਦੇ ਤਹਿਤ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਲੁਧਿਆਣੇ ਦੇ ਵਿੱਚ ਇਹ ਜਿਹੜੀ ਨਸ਼ੇ ਦੀ ਗੋਲੀਆਂ ਦਾ ਕੰਮ ਹੋ ਰਿਹਾ ਹੈ। ਅਤੇ 1 ਮਾਰਚ ਨੂੰ ਸਾਡੀ ਪਹਿਲਾਂ ਰੇਡ ਹੋਈ ਸੀਗੀ, ਫਸਟ ਰੇਡ ਇਸ ਓਪਰੇਸ਼ਨ ਦੀ। ਅਤੇ ਉਸ ਵੇਲੇ ਅਸੀਂ ਇੱਕ ਅਨੂਪ ਨਾਂ ਦੇ ਬੰਦੇ ਨੂੰ ਫੜਿਆ ਸੀ ਅਤੇ ਉਸ ਤੋਂ 1.25 ਲੱਖ ਗੋਲੀਆਂ ਨਸ਼ੇ ਦੀਆਂ ਇੰਟੋਕਸੀਕੇਟਿੰਗ ਡਰੱਗ ਜਿਹੜੀ ਕੈਪਸੂਲਸ ਟੈਬਲੇਟਸ ਵਗੈਰਾ ਬਰਾਮਦ ਹੋਈਆਂ ਸੀਗੀਆਂ। ਉਸ ਤੋਂ ਬਾਅਦ ਇਹ ਸਾਡੇ ਓਪਰੇਸ਼ਨ ਦੀ ਸ਼ੁਰੂਆਤ ਸੀਗੀ। ਅਸੀਂ ਅਨੂਪ ਦੀ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ, ਇਹ ਪਤਾ ਲਗਾਇਆ ਕਿ ਇਹ ਕਿਹੜੇ ਕਿਹੜੇ ਬੰਦੇ ਤੋਂ ਇਹ ਗੋਲੀਆਂ ਨਸ਼ੇ ਦੀਆਂ ਖਰੀਦਦਾ ਸੀ, ਕਿਸ ਤਰੀਕੇ ਨਾਲ ਇਸ ਤੱਕ ਗੋਲੀਆਂ ਪਹੁੰਚਦੀ ਸੀਗੀਆਂ ਅਤੇ ਕਿਸ ਤਰੀਕੇ ਨਾਲ ਇਹ ਪੈਸੇ ਉਹਨਾਂ ਨੂੰ ਸਪਲਾਇਰਸ ਨੂੰ ਦਿੰਦਾ ਸੀ ਅਤੇ ਅੱਗੇ ਗੋਲੀਆਂ ਨੂੰ ਇਹ ਕਿਸ ਤਰੀਕੇ ਨਾਲ ਵੇਚਦਾ ਸੀ, ਉਸ ਸਾਰੇ ਫਾਰਵਰਡ ਔਰ ਬੈਕਵਰਡ ਲਿੰਕੇਜਿਸ ਦੀ ਅਸੀਂ ਡੂੰਘਾਈ ਤੱਕ ਜਾ ਕੇ ਪੜਤਾਲ ਕੀਤੀ ਅਤੇ ਪਤਾ ਲੱਗਿਆ ਕਿ ਇਹ ਅਨੂਪ ਲੁਧਿਆਣੇ ਦੇ ਵਿੱਚ ਵੱਖ ਵੱਖ ਬੰਦਿਆਂ ਨੂੰ ਇਹ ਗੋਲੀਆਂ ਸਪਲਾਈ ਕਰਦਾ ਸੀ ਅਤੇ ਜਿਹੜੇ ਜਿਹੜੇ ਬੰਦਿਆਂ ਨੂੰ ਵੀ ਗੋਲੀਆਂ ਇਹ ਸਪਲਾਈ ਕਰਦਾ ਸੀ ਉਹਨਾਂ 'ਤੇ ਵੀ ਅਸੀਂ ਇਮੀਡੀਏਟਲੀ ਰੇਡ ਕੀਤੀ। ਉਹਨਾਂ ਦੇ ਰੰਗੇ ਹੱਥ ਹੀ ਉਹਨਾਂ ਤੋਂ ਗੋਲੀਆਂ ਨਸ਼ੇ ਦੀਆਂ ਬਰਾਮਦ ਹੋਈਆਂ। ਉਹਨਾਂ ਦੇ ਖਿਲਾਫ਼ ਅਸੀਂ ਫਿਰ ਵੱਖ ਵੱਖ ਪਰਚੇ ਦਰਜ ਕੀਤੇ। ਹੁਣ ਤੱਕ ਇਸ ਓਪਰੇਸ਼ਨ ਦੇ ਵਿੱਚ 6 ਪਰਚੇ ਦਰਜ ਹੋ ਚੁੱਕੇ ਹਨ। ਜਿਹੜਾ ਮੇਨ ਚੀਜ਼ ਸੀਗੀ, ਜਿਹੜੇ ਬੰਦੇ ਇਸ ਤੋਂ ਇਹ ਖਰੀਦਦਾ ਸੀ ਉਹ ਸਪਲਾਇਰ, ਜਿਹੜੇ ਵੱਡੇ ਸਪਲਾਇਰ ਸੀ ਉਹ ਆਮ ਤੌਰ 'ਤੇ ਬਚ ਜਾਂਦੇ ਸੀ, ਉਹਨਾਂ ਤੱਕ ਅਸੀਂ ਫਿਰ ਪਹੁੰਚਣ ਦੀ ਕੋਸ਼ਿਸ਼ ਕੀਤੀ ਅਤੇ ਪਤਾ ਲੱਗਿਆ ਕਿ ਉਹ ਮੇਰਠ ਤੋਂ ਇਸ ਨੂੰ ਸਪਲਾਈਜ਼ ਬਲਕ ਦੇ ਵਿੱਚ ਆ ਰਹੀ ਸੀਗੀਆਂ। ਅਤੇ ਫਿਰ ਪੁਲਿਸ ਨੇ ਆਪਣੇ ਪ੍ਰੋਡਕਸ਼ਨ ਆਪਣੇ ਜੱਜ ਸਾਹਿਬ ਤੋਂ ਆਰਡਰ ਵਗੈਰਾ ਲੈ ਕੇ ਪਰਮਿਸ਼ਨ ਲੈ ਕੇ ਮੇਰਠ ਰੇਡ ਕੀਤੀ ਅਤੇ ਮੇਰਠ ਦੇ ਵਿੱਚ ਜਿਹੜੀ ਇਹਨਾਂ ਨੇ ਇਲੀਗਲ ਸਟੋਰ ਬਣਾ ਕੇ ਆਪਣੀ ਦਵਾਈਆਂ ਰੱਖੀਆਂ ਹੋਈਆਂ ਸੀਗੀਆਂ ਇਹਦੇ ਸਾਥੀਆਂ ਨੇ, ਉਹ ਅਸੀਂ ਬਰਾਮਦ ਕੀਤੀਆਂ। 4 ਮੁਲਜ਼ਮ ਮੇਰਠ ਤੋਂ ਅਸੀਂ ਬਰਾਮਦ ਫੜੇ ਅਤੇ ਉਹਨਾਂ ਦੇ ਜਿਹੜੇ ਗੋਡਾਊਨਸ ਵਗੈਰਾ ਸੀਗੇ ਉੱਥੋਂ ਤੁਹਾਨੂੰ ਤਕਰੀਬਨ ਟੋਟਲ ਹੁਣ ਤੱਕ ਮਿਲਾ ਕੇ 67 ਲੱਖ ਇੰਟੋਕਸੀਕੇਟਿੰਗ ਟੈਬਲੇਟਸ, ਜਿਨ੍ਹਾਂ ਨੂੰ ਕਿ ਅਸੀਂ ਫਾਰਮਾ ਓਪੀਓਇਡ ਕੈਟੇਗਰੀ ਦੇ ਵਿੱਚ ਮੰਨਦੇ ਹਾਂ, ਉਹ ਕੈਪਸੂਲ, ਇੰਜੈਕਸ਼ਨ, ਸੀਰਪ ਇਹ ਸਾਰੇ ਬਰਾਮਦ ਹੋਏ ਹਨ। ਇਹਨਾਂ ਦੀ ਜਿਹੜੀ ਡਰੱਗਸ ਟੋਟਲ ਹੁਣ ਤੱਕ ਜਿਹੜੀ ਬਰਾਮਦ ਹੋਈਆਂ ਉਹਨਾਂ ਦੀ ਜਿਹੜੀ ਮਾਰਕੀਟ ਵੈਲਿਊ ਹੈ ਉਹ 54 ਕਰੋੜ ਰੁਪਏ ਦੀ ਹੈ। ਬਰਾਮਦਗੀ ਹੁਣ ਤੱਕ ਇਹ ਹੋਈ ਹੈ। ਇਹ ਜਿਹੜੀ ਡਰੱਗਸ ਹੈ ਆਮ ਤੌਰ 'ਤੇ ਇਹ ਪ੍ਰਿਸਕ੍ਰਿਪਸ਼ਨ ਡਰੱਗਸ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਡਾਕਟਰ ਦੀ ਪਰਚੀ ਤੋਂ ਬਾਅਦ ਹੀ ਕੋਈ ਇਹਨਾਂ ਨੂੰ ਵੇਚ ਸਕਦਾ ਹੈ ਅਤੇ ਬਿਨਾਂ ਲਾਈਸੈਂਸ ਲਏ ਇਹਨਾਂ ਨੂੰ ਕੋਈ ਬਣਾ ਨਹੀਂ ਸਕਦਾ। ਇਹ ਅਕਿਊਜ਼ਡ ਇਹਨਾਂ ਨੂੰ ਬਿਲਕੁਲ ਬਿਨਾਂ ਲਾਈਸੈਂਸ ਲਏ ਹੀ ਬਣਾ ਰਹੇ ਸੀ, ਸਟੋਰ ਕਰ ਰਹੇ ਸੀ ਅਤੇ ਵੇਚ ਰਹੇ ਸੀ, ਇਸ ਕਰਕੇ ਇਹਨਾਂ ਨੂੰ ਅਸੀਂ ਫੜਿਆ ਹੈ। ਡਰੱਗਸ ਮਨੀ ਇਹਨਾਂ ਤੋਂ ਤਕਰੀਬਨ 5,44,000 ਰੁਪਏ ਦੀ ਡਰੱਗਸ ਮਨੀ ਵੀ ਬਰਾਮਦ ਹੋਈ ਹੈ। ਇਸ ਗੈਂਗ ਦੇ ਟੋਟਲ 15 ਮੁਲਜ਼ਮ ਹੁਣ ਤੱਕ ਅਸੀਂ ਫੜਨ ਦੇ ਵਿੱਚ ਸਫਲ ਹੋ ਪਾਏ ਹਨ, ਜਿਹਦੇ ਵਿੱਚ ਕੂਰੀਅਰ ਦੇ ਥਰੂ ਕਈ ਵਾਰੀ ਇਹ ਗੋਲੀਆਂ ਆਉਂਦੀਆਂ ਸੀਗੀਆਂ ਮੇਰਠ ਤੋਂ, ਉਹ ਕੂਰੀਅਰ ਵਾਲੇ ਵੀ ਅਸੀਂ ਫੜੇ ਹੈ। ਜਿਹੜੇ ਬੰਦੇ ਇਹਨਾਂ ਨੂੰ ਵੈਸੇ ਮੇਰਠ ਤੱਕ ਭੇਜਣ ਦੇ ਵਿੱਚ ਮਦਦ ਕਰਦੇ ਸੀਗੇ ਉਹ ਵੀ ਫੜੇ ਹੈ ਅਤੇ ਬਾਕੀ ਇਸ ਪੂਰੇ ਗੈਂਗ ਦਾ ਅਸੀਂ ਖਾਤਮਾ ਕਰ ਦਿੱਤਾ। ਜਿਹੜਾ ਇਹ ਗੈਂਗ ਹੈ ਇਹ ਮੇਰਠ ਇਹਨਾਂ ਦਾ ਅੱਡਾ ਸੀ, ਮੇਰਠ ਇਹ ਸਟੋਰ ਕਰਕੇ ਇਹ ਪੰਜਾਬ ਦੇ ਵਿੱਚ ਇਹ ਨਸ਼ੇ ਦੀ ਖੇਪ ਕਰ ਰਹੇ ਸੀ, ਭੇਜ ਰਹੇ ਸੀ, ਜਿਸ ਨੂੰ ਕਿ ਅਸੀਂ ਨਿਊਟਰਲਾਈਜ਼ ਕਰ ਲਿਆ ਹੈ। ਅਤੇ ਬਾਕੀ ਇਹਨਾਂ ਦੀ ਜਿਹੜੀ ਔਰ ਪੁੱਛਗਿੱਛ ਹੈ ਮੇਰਠ ਵਾਲਿਆਂ ਦੀ ਉਹ ਵੀ ਅਸੀਂ ਕਰ ਰਹੇ ਹਾਂ ਕਿ ਇਹ ਕਿੱਥੇ ਕਿੱਥੇ ਔਰ ਭੇਜਦੇ ਸੀਗੇ, ਉਸ ਤੋਂ ਬਾਅਦ ਫਿਰ ਅਸੀਂ ਔਰ ਵੀ ਖੁਲਾਸੇ ਕਰ ਜਿਹੜਾ ਜਿਹੜੇ ਸਾਨੂੰ ਹੁਣ ਤੱਕ ਦੀ ਪੁੱਛਗਿੱਛ ਦੇ ਵਿੱਚ ਆਇਆ ਹੈ ਕਿ ਇਹ ਮੇਰਠ ਤੋਂ ਖਰੀਦਦੇ ਸੀਗੇ ਸਮਾਨ ਐਂਡ ਫਿਰ ਲੁਧਿਆਣੇ ਦੇ ਵਿੱਚ ਵੱਖ ਵੱਖ ਬੰਦਿਆਂ ਨੂੰ ਇਹ ਵੇਚਦੇ ਸੀਗੇ। ਇੱਥੇ ਕੋਈ ਇਸ ਗੈਂਗ ਵੀ ਸ਼ਾਮਲ ਹੈ ਜੀ, ਵਿੱਚ ਕੋਈ ਇੱਕ ਲੀਡਰ ਵੀ ਫੜਿਆ ਜੀ ਕਿਸੇ ਪਾਰਟੀ ਦਾ? ਉਹ ਅਸੀਂ FIR ਦੇ ਵਿੱਚ ਉਹਦਾ ਨਾਂ ਹੈ, ਲੇਕਿਨ ਅਸੀਂ ਉਸਨੂੰ ਵੈਰੀਫਾਈ ਕਰ ਰਹੇ ਹਾਂ। ਜਿਹੜੇ ਪ੍ਰੀਮਿਸਿਸ ਤੋਂ ਸਾਨੂੰ ਪਹਿਲਾਂ ਗੋਲੀਆਂ ਮਿਲੀ ਸੀਗੀਆਂ 1 ਮਾਰਚ ਨੂੰ, ਉਹ ਪ੍ਰੀਮਿਸਿਸ ਇੱਕ ਪੋਲੀਟੀਕਲ ਬੰਦੇ ਦਾ ਸੀ, ਉਹਦੇ ਫੈਮਿਲੀ ਦੇ ਨਾਂ 'ਤੇ ਰਜਿਸਟਰਡ ਸੀ, ਉੱਥੇ ਇਹਨਾਂ ਨੇ ਕਿਰਾਏ 'ਤੇ ਲਿਆ ਹੋਇਆ ਸੀ। ਉਸਨੂੰ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਸਾਰਾ ਚੈੱਕ ਕਰ ਰਹੇ ਹਾਂ ਅਤੇ ਜੇ ਕਿਸੇ ਦੀ ਵੀ ਕੋਈ ਸ਼ਮੂਲੀਅਤ ਪਾਈ ਗਈ ਉਹਦੇ ਖਿਲਾਫ਼ ਅਸੀਂ ਐਕਸ਼ਨ ਲਵਾਂਗੇ। ਇੰਨੀ ਵੱਡੀ ਕੁਆਂਟਿਟੀ ਕੀ ਚੀਜ਼?
नहीं नहीं ये मेरठ जिसे जो असी मेरठ भी रेड की है पूरे ड्रग इंस्पैक्टर्स नाल लैके रेड की है मेरठ पुलिस ने भी सानू पूरा कोऑपरेट किया है किसी तरीके का कोई प्रेशर नहीं मामले किंग पिन कौन लगता है तक पहुँच पाई है पुलिस इधर देखो हूँ तक जो सानू इन्वेस्टिगेशन दे विच पता लग्या कि जिहड़ा असी सब तो पहला बंदा फड़िया सी अनूप वह इहदा जिहड़ा सीगा मास्टरमाइंड सी उही अगे मेरठ तो मंगांदा सी ते उही अगे गांह जा के बंदियां नू दूजे नू रिटेल दे विच दिंदा सी ट्रांसपोर्टेशन केड़ी यूज कीती जांदी सी इहदे विच किस तरह यह मेरठ तो लुधियाने तक किस तरह आंदियां सी इहदे विच जिहड़े कूरियर नू असी यूज करदे सी असी उसनू भी फड़ लिया है जिहड़े बंदियां दे थ्रू पैसे भेजदे सीगे मेरठ उन्हां नू भी असी फड़ लिया है वह सारा असी गैंग दे विच सारयां नू शामिल करके अरैसट कर लिया यह काफ़ी टाइम तो इन्हां दा चल रहा सी एंड हरेक का अपना समय होंदा है जिदा ही सानू इनफॉर्मेशन आई असी इन्हां दे ट्रैप लगाया एंड इन्हां नू असी काबू करिया ये असी चैक कर रहे हैं कि अनूप वगैरह के खिलाफ एक आधा पर्चा पहला भी है छोटा मोटा असी चैक कर लें सर अभी भी लुधियाना के आउटर एरिया में जितने भी मेडिकल स्टोर हैं विदाउट प्रिस्क्रिप्शन मेडिसिन देते हैं देखो यह जो जिन्ने भी कोई जी कोई जी ड्रग्स एन डी पी एस की कैटेगरी के आदि हैं लेकिन उन्होंने मेडिसिनल वैल्यू भी होंगी है जिदा ट्रेमेडोल है वो नींद लिए भी कई बार डॉक्टर प्रिस्क्राइब करते हैं लेकिन जे किसी लत लग जाए तो वह एडिक्शन की कैटेगरी के भी आती है सारे कैमिस्टां नूं ये वार्निंग है कि जिहड़ी ड्रग्स हैं वो केवल डॉक्टर की प्रिस्क्रिप्शन पर ही बेचिया जान खासकर इस तरीके की जिहड़ी हैबिट फॉर्मिंग ड्रग्स जिन्हां नूं आपां कहिंदे आं ते जे कोई भी कैमिस्ट बिना प्रिस्क्रिप्शन तो ड्रग्स बेचता पाया गया ये जे फड़िया गया तो असी उसके खिलाफ सख्त एक्शन लाए ग्राउंड लैवल से जिहड़े अधिकारियों ने इत्थे काम किया उन्हां दे नाम दसोंगे इहदे विच जॉइंट सी पी सिटी दीपक पारिक साहब की अगवाई दे विच ये ऑपरेशन चलिया ए डी सी पी वन प्रग्या जैन उन्होंने इस दे विच एक्टिव पार्टिसिपेशन की ए सी पी वरियाम सिंह ए सी पी सेंट्रल जिहड़े हैं उस तो अलावा एस एच ओज जिहड़े उस एरिए उस अपने सब डिवीजन के एस एच ओज हैं दो नंबर तीन नंबर चार नंबर उन्होंने इस दे विच हिस्सा लिया इस तो बाद ए सी पी हरपाल सिंह दा इस दे विच अहम योगदान रहा ते और भी सारे काफ़ी सारी टीम जदों भी कोई आपां रेड करदे हां इन्नी वड्डी जिहदे विच 54 करोड़ की रिकवरी हुई होवे काफ़ी पुलिस की पार्टीज़ टीम्स उहदा हिस्सा हुंदियां कई दा ना ही नहीं पता लगता कई दी अपनी इनफॉर्मेशन हुंदी है उन्हां दा असी ना नहीं दस सकते सारी टीम दा एक जॉइंट वर्क है ये ऑपरेशन किन्ने दिन चलिया ये देखो फस्ट ऑपरेशन तो काफ़ी दिन दे असी अपने इनफॉर्मर्स लगाए हुए सी लेकिन फस्ट जिहड़ी एफ आई आर है वह अज तो तकरीबन 20 दिन पहला रजिस्टर हुई सी एक मार्च में पहली एफ आई आर रजिस्टर हुई सी एंड हुण तक असी 6 एफ आई आर ये रजिस्टर कर चुके हैं 15 मुलजिमान जेल के पिछे भेज चुके हैं नहीं अंडर इन्वेस्टिगेशन है हले सारा कुछ असी चेक कर रहे हैं ठीक Subscribe to our YouTube channel News DNN by clicking the bell icon. Don't forget to like, comment and share.